ਦੋਸਤੋ ਮੈਂ ਪਰਵਿੰਦਰ ਸਿੰਘ ਚੱਲਵਾਲ ਪ੍ਰਮੁੱਖ ਰਾਸ਼ਟਰਵਾਦੀ ਸਿੱਖ ਸੰਗਠਨ ਆਰਐਸਐਸ ਅੱਜ ਦੇ ਦਿਹਾੜੇ ਦੇ ਉੱਤੇ ਆਪ ਸਭ ਨੂੰ ਪਹਿਲਾਂ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਉੱਤੇ ਸਤ ਸ਼ਬਦ ਉਹਨਾਂ ਨੂੰ ਮੇਰਾ ਨਮਨ ਉਹਨਾਂ ਦੇ ਮਾਨਵਤਾ ਦੀ ਭਲਾਈ ਦੇ ਲਈ ਹਿੰਦ ਦੀ ਭਲਾਈ ਦੇ ਲਈ ਕੌਮ ਦੀ ਭਲਾਈ ਦੇ ਲਈ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਉਸਦੇ ਇਹੋ ਜਿਹੀ ਵਿਲੱਖਣ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਆਪ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਮੈਲਬਰਨ ਦੇ ਵਿੱਚ ਭਾਰਤ ਸਰਕਾਰ ਦੇ ਰਾਜਦੂਤ ਮੱਥਾ ਟੇਕਣ ਗਏ ਉਹ ਇੱਕ ਕੇਂਦਰ ਦੇ ਸਰਕਾਰ ਦੇ ਰਾਜਦੂਤ ਬਣ ਕੇ ਨਹੀਂ ਇੱਕ ਆਮ ਨਾਗਰਿਕ ਬਣ ਕੇ ਉੱਥੇ ਮੱਥਾ ਟੇਕਣ ਗਏ ਮਗਰ ਕੁਝ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੂੰ ਉੱਥੇ ਮੱਥਾ ਨਹੀਂ ਟੇਕਣ ਦਿੱਤਾ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਮੈਂ ਉਹਨਾਂ ਲੋਕਾਂ ਨੂੰ ਉਹਨਾਂ ਕੱਟੜਪੰਥੀਆਂ ਨੂੰ ਇਹ ਕਹਿਣਾ ਚਾਹੁੰਦਾ ਤੁਸੀਂ ਆਪਣੀ ਰਾਜਨੀਤੀ ਕਰਨੀ ਹੈ ਕਰੋ ਤੁਸੀਂ ਕੋਈ ਪ੍ਰੋਟੈਸਟ ਕਰਨਾ ਕਰੋ ਤੁਸੀਂ ਜੋ ਵੀ ਕਰਨਾ ਕਰੋ ਮਗਰ ਗੁਰਦੁਆਰੇ ਸਾਹਿਬ ਦੇ ਵਿੱਚ ਰਹਿ ਕੇ ਕੰਮ ਨਹੀਂ ਕਰਨਾ ਗੁਰਦੁਆਰੇ ਸਾਹਿਬ ਤੋਂ ਬਾਹਰ ਰਹਿ ਕੇ ਕਰੋ ਤਾਂ ਜੋ ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਦੀ ਦਰਾਰ ਨਾ ਪਵੇ ਸਾਡੀ ਸਿੱਖ ਕੌਮ ਦੇ ਉੱਤੇ ਕਿਸੇ ਤਰ੍ਹਾਂ ਦਾ ਦਾਗ ਨਾ ਆਵੇ ਵੀ ਇੱਕ ਹਿੰਦੂ ਉੱਥੇ ਮੱਥਾ ਟੇਕਣ ਗਿਆ ਤੁਸੀਂ ਉਹਨਾਂ ਨੂੰ ਰੋਕਿਆ ਬਹੁਤ ਹੀ ਮਾੜੀ ਹਰਕਤ ਹੈ ਯਾਦ ਕਰੋ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਚਾਰ ਦਰਵਾਜ਼ੇ ਕਿਉਂ ਬਣਾਏ ਉਹ ਇਸੇ ਕਰਕੇ ਹੀ ਬਣਾਏ ਵੀ ਹਰੇਕ ਕੌਮ ਹਰੇਕ ਧਰਮ ਦਾ ਸਵਾਗਤ ਕੀਤਾ ਜਾਵੇ ਹਰੇਕ ਧਰਮ ਹਰੇਕ ਕੌਮ ਦਾ ਉੱਥੇ ਆ ਕੇ ਸੀਸ ਨਵਾਉਣ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਰਤਦਾ ਉਹਨਾਂ ਨੂੰ ਸਿੱਖਿਆ ਜਾਂਦਾ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਾ ਮਗਰ ਤੁਸੀਂ ਇਹ ਹਰਕਤ ਕਰਕੇ ਬਹੁਤ ਹੀ ਮਾੜਾ ਕੰਮ ਕੀਤਾ ਹੈ ਅਸੀਂ ਪੰਜਾਬ ਦੇ ਵਿੱਚ ਬੜੇ ਹੀ ਅਮਨ ਨੂੰ ਚੈਨ ਨਾਲ ਰਹਿ ਰਹੇ ਹਾਂ ਸਾਡੇ ਕਲਚਰ ਇੱਕ ਨੇ ਸਾਡੀਆਂ ਰਿਸ਼ਤੇਦਾਰੀਆਂ ਇੱਕ ਨੇ ਸਾਡੇ ਤਿਉਹਾਰ ਇੱਕ ਨੇ ਮਗਰ ਤੁਸੀਂ ਇਹ ਜੋ ਹਰਕਤ ਕੀਤੀ ਬਹੁਤ ਮਾੜੀ ਹਰਕਤ ਹੈ ਇਸਦਾ ਸਖ਼ਤ ਤੌਰ ਤੇ ਨਿੰਦਾ ਕਰਦਾ ਔਰ ਕੇਂਦਰ ਸਰਕਾਰ ਅੱਗੇ ਅਪੀਲ ਕਰਦਾ ਵੀ ਇਹੋ ਜਿਹੇ ਲੋਕਾਂ ਨੂੰ ਕਹਿੰਦੇ ਆਸਟ੍ਰੇਲੀਆ ਦੀ ਸਰਕਾਰ ਦੇ ਨਾਲ ਟਾਈ ਅਪ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਵੇ ਤਾਂ ਜੋ ਅੱਗੋਂ ਤੋਂ ਇਹੋ ਜਿਹੀ ਹਰਕਤ ਨਾ ਹੋਵੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰਾ ਕਾਇਮ ਬਣਿਆ ਰਹੇ ਕਿਸੇ ਵੀ ਤਰ੍ਹਾਂ ਦੀ ਦਰਾਰ